ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਹਥਿਆਰਾਂ ਦੀ ਇੱਕ ਵੱਡੀ ਖੇਪ ਸਮੇਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਸੀ ਪੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੀ ਅਗਵਾਈ ਦੇ ਵਿੱਚ। ਅਤੇ ਸਰ ਇਹ ਜਿਹੜੇ ਵੈਪਨ ਸੀ ਇਹ ਪਹਿਲਾਂ ਇਹਨਾਂ ਨੇ ਮੰਗਵਾਏ ਕਿੱਥੋਂ, ਕਿਸ ਪਰਪਜ਼ ਲਈ ਇੱਥੇ ਲਿਆਉਂਦੇ ਸੀ? ਦੇਖੋ ਜਿਹੜਾ ਇਹ ਸਾਰਾ ਮੋਡਿਊਲ ਹੈ ਬੜਾ ਐਕਟਿਵ ਮੋਡਿਊਲ ਹੈ, ਫੋਰਨ ਬੇਸਡ ਹੈਂਡਲਰ ਦੇ ਨਾਲ ਇਨ ਟੱਚ ਹੈ। ਅੰਮ੍ਰਿਤਪਾਲ ਜਿਹੜਾ ਲੜਕਾ ਬਟਾਲੇ ਏਰੀਏ ਦਾ, ਉਹਨੇ ਇਹ ਸਾਰੀ ਕੰਸਾਈਨਮੈਂਟ ਰਿਸੀਵ ਕੀਤੀ ਹੈ ਔਰ ਉਹਨੂੰ ਅਸੀਂ ਫੜ ਲਿਆ। ਔਰ ਮੈਂ ਸਮਝਦਾ ਇਹਨੂੰ ਬੜੀ ਵੱਡੀ ਕਾਮਯਾਬੀ ਹੈ, ਕਿਉਂਕਿ ਇੱਕਦਮ ਜਦੋਂ ਰਿਸੀਵ ਕੀਤੇ ਨਾਲ ਦੀ ਨਾਲ ਸਾਰੀ ਦੀ ਸਾਰੀ ਕੰਸਾਈਨਮੈਂਟ ਜਿਹੜੀ ਆ ਉਹ ਫੜੀ ਗਈ। ਔਰ ਇਹਦੇ 'ਚ ਜਿਹੜਾ ਇਹਨਾਂ ਦਾ ਨੈਟਵਰਕ ਹੈ ਉਸ ਉੱਤੇ ਇਨਵੈਸਟੀਗੇਟ ਕਰ ਰਹੇ ਹਾਂ ਡੀਪਲੀ ਕਿ ਕਿੱਦਾਂ ਇਹਨਾਂ ਨੂੰ ਆਏ, ਕਿੱਦਾਂ ਐਸਟੈਬਲਿਸ਼ ਹੋਏ ਲਿੰਕਸ ਔਰ ਕ੍ਰੋਸ ਬਾਰਡਰ, ਕੀ ਇਹਨਾਂ ਦਾ ਲਿੰਕੇਜਸ ਹੈਗਾ ਔਰ ਇੱਥੇ ਇੰਡੀਆ ਦੇ ਵਿੱਚ ਵੀ ਇੱਥੇ ਕਿੰਨੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਹੋਰ ਲੋਕ ਸ਼ਾਮਿਲ ਹੈ। ਜੇ ਆਪਾਂ ਗੱਲ ਕਰੀਏ ਸਾਰੇ ਇਸ ਮੋਡਿਊਲ ਦੇ ਵਿੱਚ, ਅੰਮ੍ਰਿਤਪਾਲ ਮਤਲਬ ਕਿੰਗ ਪਿੰਨ ਉੱਥੋਂ ਦਾ ਲੱਗਿਆ ਪਰ ਉਹਦੇ ਖਿਲਾਫ਼ ਮੁਕੱਦਮਾ ਕੋਈ ਨਹੀਂ ਦਰਜ। ਵਿਨੋਦ ਕੁਮਾਰ ਹੈਗਾ ਜਿਹੜਾ ਇੱਕ, ਉਹਦੇ ਖਿਲਾਫ਼ 19 ਮੁਕੱਦਮੇ ਦਰਜ ਹੈ। ਕਰਮਵੀਰ ਫੜਨਾ ਰਹਿੰਦਾ ਮੀਰਾਂਕੋਟ ਦਾ, ਉਹਨੂੰ ਜਿਹੜਾ ਉਹਦੇ ਖਿਲਾਫ਼ ਵੀ 2 ਮੁਕੱਦਮੇ ਇੰਪੋਰਟੈਂਟ ਨੇ ਜਿਹਦੇ 'ਚ ਕਾਫ਼ੀ ਵੱਡੀ ਮਾਤਰਾ 'ਚ ਆਰਮਸ ਅਤੇ NDPS ਦਾ ਵੀ ਇੱਕ ਮੁਕੱਦਮਾ ਦਰਜ ਹੈ। ਕੁੱਲ ਕਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਇਸ ਕੇਸ ਦੇ ਵਿੱਚ? 10 ਵੈਪਨ ਨੇ ਜੀ, 3 ਗਲੌਕ ਨੇ ਸਫਿਸਟੀਕੇਟਡ ਆਸਟਰੀਅਨ ਮੇਡ 9 mm ਦੇ, ਬਾਕੀ 0.32 ਬੋਰ ਦੇ ਨੇ ਉਹ ਵੀ ਕਾਫ਼ੀ ਸਫਿਸਟੀਕੇਟਡ ਵੈਪਨ ਨੇ, ਔਰ ਕਾਰਟ੍ਰਿਜਿਜ਼ ਨੇ। 6 ਜਿਹੜੇ ਅਕਿਊਜ਼ ਨੇ ਉਹ ਗ੍ਰਿਫਤਾਰ ਹੋਏ ਆ ਔਰ ਬਾਕੀ ਇਹਦੇ 'ਚ ਗ੍ਰਿਫਤਾਰੀਆਂ ਕੁਛ ਬਾਕੀ ਨੇ ਅਤੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਹਿਬ ਇਹ ਕ੍ਰੋਸ ਬਾਰਡਰ ਮੰਗਵਾਏ ਸੀ ਜਾਂ ਕੋਈ ਜਿਵੇਂ ਮੱਧ ਪ੍ਰਦੇਸ਼ ਦੀ ਕਾਫ਼ੀ ਖੇਪਾਂ ਤੁਸੀਂ ਫੜੀਆਂ ਸੀਗੀਆਂ ਜਾਂ ਉਸ ਪਾਸੋਂ ਵੀ ਮੰਗਵਾਏ ਹੋ ਸਕਦੇ? ਨਹੀਂ, ਇਹ ਤਾਂ ਦੇਖੋ ਮੱਧ ਪ੍ਰਦੇਸ਼ ਵਾਲੇ ਨਹੀਂ ਲੱਗ ਰਹੇ, ਕਿਉਂਕਿ ਇੰਨਾ ਸਫਿਸਟੀਕੇਟਡ ਵੈਪਨ ਜਿਹੜਾ 0.32 ਬੋਰ ਵਾਲੇ ਵੈਪਨ ਵੀ ਕਾਫ਼ੀ ਸਫਿਸਟੀਕੇਟਡ ਨੇ, ਕ੍ਰੋਸ ਬਾਰਡਰ ਹੀ ਸਾਰਾ ਲਿੰਕ ਲੱਗ ਰਿਹਾ। ਇਹਨਾਂ ਨੇ ਸਰ ਦੱਸਿਆ ਕੋਈ ਸ਼ੁਰੂਆਤੀ ਪ੍ਰੀਲੀਮੀਨਰੀ ਇਨਫੋਰਮੇਸ਼ਨ ਦੇ ਵਿੱਚ ਕਿ ਇਹਨਾਂ ਦੇ ਲਿੰਕ ਕੀ ਨੇ ਜੀ? ਮੈਂ ਉਹੀ ਦੱਸ ਰਿਹਾ ਜੀ, ਉਹ ਕੁਛ ਚੀਜ਼ਾਂ ਅਸੀਂ ਹੈਗੀਆਂ ਜਿਹੜੀਆਂ ਜਿਵੇਂ ਮੀਡੀਆ ਨਾਲ ਸ਼ੇਅਰ ਨਹੀਂ ਕਰ ਰਹੇ, ਉਸ 'ਤੇ ਵਰਕ ਕਰ ਰਹੇ ਹਾਂ ਜੀ। ਸਰ ਜਿਹੜੇ ਇਸ ਤੋਂ ਇਲਾਵਾ ਇਹਨਾਂ ਦੇ ਕਿਸੇ ਗੈਂਗ ਨਾਲ ਲਿੰਕ ਹੋਣ ਜਾਂ ਇਹ ਦੱਸਿਆ ਕਿਸ ਲਈ ਇਹ ਵੈਪਨ ਇਹਨਾਂ ਨੇ ਅੱਗੇ ਵੰਡਣੇ ਸੀਗੇ ਜਾਂ ਕਿਸੇ ਵਾਰਦਾਤ ਲਈ ਵੀ ਇਨਫੋਰਮੇਸ਼ਨ? ਦੇਖੋ ਜਿਹੜਾ ਹੁਣ ਹੈਂਡਲਰ ਹੁੰਦੇ ਇਹਨਾਂ ਨੂੰ, ਉਹਨਾਂ ਨੇ ਇੱਕ ਵਾਰ ਡਿਲੀਵਰੀ ਦਵਾਈ ਹੈ, ਉਸ ਤੋਂ ਬਾਅਦ ਇਹਨਾਂ ਨੇ ਅੱਗੇ ਡਿਸਟ੍ਰੀਬਿਊਸ਼ਨ ਜਾਂ ਕਿਸੇ ਨੇ ਆ ਕੇ ਲਿਜਾਣੇ ਸੀ, ਉਹ ਸਾਰੀ ਗੱਲ ਆਪਾਂ ਹੁਣ ਵੈਰੀਫਾਈ ਕਰਾਂਗੇ। ਕਿਸੇ ਵੇਲੇ ਸਾਰੇ ਡੰਪ ਵੀ ਕਰ ਦਿੰਦੇ ਆ ਕਿ ਜਦੋਂ ਵਾਰਦਾਤ ਹੋਵੇ ਉਹ ਕਰਨੀ ਹੋਵੇ ਤਾਂ ਵੀ ਹੋ ਸਕਦਾ ਉਹ ਸਾਨੂੰ ਇਹਨਾਂ ਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਰਿਵੀਲ ਕਰੇਗੀ। ਜਿਹੜਾ ਕਰਮਜੀਤ ਇੱਕ ਦੱਸਿਆ ਤੁਸੀਂ ਗ੍ਰਿਫਤਾਰ ਹੋਣ ਵਾਲਾ ਕਰਮਵੀਰ ਆ, ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਰਿਕਵਰੀਜ਼ ਹੋ ਸਕਦੀਆਂ? ਹਾਂਜੀ ਬਿਲਕੁਲ, ਉਹ ਬੜਾ ਇੰਪੋਰਟੈਂਟ ਬੰਦਾ ਔਰ ਉਹ ਕਾਫੀ ਕਿੰਗ ਪਿੰਨ ਰਿਹਾ ਇਸ ਆਪਣੇ ਐਡਜੋਇਨਿੰਗ ਏਰੀਆ ਜਿਹੜਾ ਅੰਮ੍ਰਿਤਸਰ ਰੂਰਲ ਦਾ। ਥੈਂਕ ਯੂ ਸਰ। ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ, 10 ਹਥਿਆਰ ਫੜੇ ਨੇ ਜਿਹਨਾਂ 'ਚੋਂ 3 ਜਿਹੜੇ ਨੇ ਗਲੌਕ ਪਿਸਟਲ ਨੇ, ਇੰਪੋਰਟੈਂਟ ਜਿਹੜੇ ਇਹ ਹਥਿਆਰ ਨੇ ਔਰ ਇਹਨਾਂ ਨੂੰ ਕਿੱਥੇ ਵਰਤਿਆ ਜਾਣਾ ਸੀ, ਪਲੱਸ ਇਹਨਾਂ ਦੇ ਇਹ ਜਿਹੜੀ ਹੋਰ ਕਿੰਨੀਆਂ ਖੇਪਾਂ ਨੇ, ਕ੍ਰੋਸ ਬਾਰਡਰ ਜਿਹੜਾ ਸ਼ੱਕ ਜ਼ਾਹਿਰ ਕੀਤਾ ਹੈ ਪੁਲਿਸ ਨੇ ਕਿ ਕਿਉਂਕਿ ਇੰਨੇ ਜਿਹੜੇ ਇੰਪੋਰਟੈਂਟ ਜਿਹੜੇ ਵੈਪਨ ਨੇ, ਜਿਹੜੇ ਮਾਰ ਇਹਨਾਂ ਦੀ ਕਾਫ਼ੀ ਮਾਰੂ ਵੈਪਨ ਨੇ ਸਫਿਸਟੀਕੇਟਡ, ਤਾਂ ਇਹਨਾਂ ਦੀ ਜਾਂਚ ਜਿਹੜੀ ਪੁਲਿਸ ਹੁਣ ਬਰੀਕੀ ਨਾਲ ਕਰ ਰਹੀ ਹੈ। ਦੱਸ ਦੇਣਾ ਚਾਹੁੰਦੇ ਹਾਂ ਕਿ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਜਦੋਂ ਪਿਛਲੀ ਵਾਰ ਉਹਨਾਂ ਨੇ ਚਾਰਜ ਲਿਆ ਸੀ ਤਾਂ ਭਾਰੀ ਮਾਤਰਾ ਦੇ ਵਿੱਚ ਉਸ ਵੇਲੇ ਵੀ ਹਥਿਆਰਾਂ ਦੀ ਖੇਪਾਂ ਬਰਾਮਦ ਹੋਈਆਂ ਸੀ, ਤਾਂ ਹੁਣ ਵੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਲਗਾਤਾਰ ਹੈਰ ਹੁੰਦੀਆਂ ਕੰਸਾਈਨਮੈਂਟ ਫੜੀਆਂ ਜਾ ਰਹੀਆਂ ਨੇ, ਵੈਪਨ ਰਿਕਵਰ ਹੋ ਰਹੇ ਨੇ, ਤਾਂ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਦਿਨਾਂ 'ਚ ਕਰਮਵੀਰ ਨਾਮ ਦਾ ਇੱਕ ਮੁਲਜ਼ਮ ਜਿਹੜਾ ਗ੍ਰਿਫਤਾਰ ਹੋਣ ਵਾਲਾ ਹੈ ਉਸਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਹੋ ਸਕਦੀਆਂ ਨੇ। ਕੈਮਰਾ ਪਰਸਨ ਵਿਪਿਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ।